रहीकुम जब जब आप जीरो से हीरो बनते हैं मेहनत करते हैं मेहनत के बल बोते पर दिन रात जाग कर मुशक्कत करके आप थोड़ी सी तरक्की कर जाते हैं तो बहुत सारे आपके वसीब के लोग बहुत सारे लोग बहुत सारे जागीरदार वो आपको देखकर कर जेलिस होना शुरू हो जाते हैं और फ़ख्र महसूस करते हैं कि वह आपके मुखालिफ हैं और पेट ही पेट में अंदर ही अंदर दिल ही दिल में दुश्मनी रखते हैं क्योंकि उन्होंने ना आपको कभी कबूल किया है ना वो कभी कबूल करेंगे ये शख्सियत देख रहे हैं ये बंदा सुबह से आकर बैठा है मेरे पास कहानी इसकी ये है कि एक एक्सीडेंट ने इसकी जवानी को बुढ़ापे में बदल डाला घर में फाके अकलौता एक रिक्शा था इसके पास जो इसने किस्तों पर ले रखा था एक लाख बीस हजार रुपये इसने दिए हुए थे इन्वेस्टर से इसने वो लिया था अभी साठ हजार रुपये बन गए थे किस्तों के ये दे नहीं पाया तो उन्होंने इसका रक्षक छीन लिया है इस बंदे को और कोई दरवाज़ा नजर नहीं आया ये मेरे पास आ गया कहता है जी ऐ में मेरे को रक्षा खा सके देने कोई तवीज़ है लिखो 60000 کے پیچھے رکشا انہوں نے قابو کر لیا ہے کسی انویسٹر نے یا کسی شوروم والے نے اس نے کہا جی بچے گھر میں بھوکے ہیں کل کائنات میری جو تھی وہ رکشا تھا ابھی مجھے سمجھ نہیں آ رہا میں کہاں جاؤں میں تو آپ کے پاس آ گیا ہوں اے جیڑی آ اس امید ہوندی ہے نے وڈی شے ہوندی ہے میں اللہ لالان اپنے مخالفوں کو ان لوگوں کو جڑے حسد کریںن ਉਹਨਾਂ ਕੋ ਆਦਾਂ ਬਈ ਤੁਹਾਡੇ ਦਮ ਹੈ ਤੁਹਾਡੇ ਜੁਰਤ ਹੈ ਸ਼ਾਮ ਤੱਕ ਦਾ ਟਾਈਮ ਹੈ ਤੁਹਾਡੇ ਕੋਲ ਹਿੰ ਲਾਲੇ ਕੋ ਦਰਖਸ਼ਾ ਗੇਂ ਦੇਵੋ ਅੱਜ 60000 ਚੋਕੇ ਪੈਸੇ ਉਹਨਾਂ ਇਤਨੀ ਦੇਰ ਹੁੰਦੀ 60000 ਲੇਕਿਨ ਅੱਲਾਹ ਤਾਲਾ ਨੇ ਤੋਾਕੂ ਹਸਤੀ ਨਹੀਂ ਦਿੱਤੀ ਤੋਾਕੂ ਕਾਤ ਨਹੀਂ ਦਿੱਤੀ ਮੈਂ ਇੰਤਜ਼ਾਰ ਕਰਾਂ ਸ਼ਾਮ ਤੱਕ ਨਹੀਂ ਤਾਂ ਸ਼ਾਮ ਕੋ ਮੈਂ ਰਖਸ਼ਾ ਗੇਂਦੇ ਸਾਂ ਵੇ ਬਲ ਤੁਹਾਡੇ ਪਹਿਲੇ ਕੁਝ ਰਹਿ ਵਸੀ ਕਿਉਂਕਿ ਇਹ ਇਸਤਤਾਤ ਇਹ ਤਾਕਤ ਇਹ ਜੁਰਤ ਇਹ ਹਿੰਮਤ ਇਹ ਦਲੇਰੀ ਇਹ ਅਸੀਂ ਮੈਕੂ ਦਿੱਤੀ ਇਹ ਨੇ ਕੀ ਦਾ ਕੰਮ ਅਸੀਂ ਮੇਰੇ ਕੋਲ ਅੱਜ ਕਰ ਵੇਸੀ ਤੁਸੀਂ ਬੜੇ ਸ਼ੌਖਾਰਚ ਹੋ ਨਾ ਬੜੇ ਜ਼ਗੀਰਦਾਰ ਹੋ ਬੜੇ ਸ਼ੈਨਸ਼ਾਹ ਆਉ ਉਹਨਾਂ ਮੈਦਾਨ ਚ ਤੋਰੇ ਲੱਗੇ ਪਤਾ ਸ਼ਹਿਜ਼ਾਦ ਸੇ ਵੀਡੀਓ ਬਣੰਦੇ ਸ਼ਹਿਜ਼ਾਦ ਤੋ ਕੁ ਚੱਪਰ ਠੋਕੀ ਰਖਸੀ ਤਾਂ ਕਿ ਤੋਕੂ ਵੀ ਸਬਕ ਮਿਲੇ ਕਿ ਨੇਕੀ ਕਰਨੀ ਹੈ ਕਈ ਬੰਦੇ ਕੋ ਨਵੀਂ ਜ਼ਿੰਦਗੀ ਦੇ ਦੇਵਣੀ ਹੈ ਉਹਦੇ ਬਾਲਾਂ ਦਾ ਸਹਾਰਾ ਬਣ ਵਣਨੇ میرے دواخانے دا 90 فیصد ایو جے کمائی لگدی نیکی دے کمائیں برائی کڑوک نی چھوڑ دیتی ہے ختم اج نابض پھتے نا بندہ ٹھیک تھی وین دے ایویں آکھے جاگ پا کے حال ہی دے تھاو داونا شفا مل ویندی ایویں کھیل کے مریضوں دے داں ای ڈیز ختم کینسر ختم کیونکہ میرا جڑا بزنس ہے وہ اللہ سہی نال ہے لوکاں نال تا ٹھیک ہے نا توساں وی اپنا بزنس اللہ سہی نال کرو ਯਾਦ ਰੱਖਾ ਇਹ ਫਾਰਮੂਲਾ 90% ਅੱਲਾ ਸਿੰਦੇ ਕੰਮ ਹੈ 10% ਨਾਲ ਘਰ ਦੀ ਦਾਲ ਸਾਗ ਰੋਟੀ ਘਿਉ ਸ਼ੂ ਮਰਚਾਂ ਆ ਵੇ ਜਨ ਜਬ ਜਬ ਤੁਸੀਂ ਲਾਲਚ ਕਰੇ ਸੋ ਜਬ ਜਬ ਤੁਸੀਂ ਮੱਦੀ ਜੋੜਨ ਦੇ ਪਿੱਛੇ ਪੋਸੋ ਜਬ ਜਬ ਤੁਸੀਂ ਜ਼ਕਾਤ ਦੇ ਪੈਸੇ ਖਾ ਵੇ ਸੋ ਜਬ ਜਬ ਫਿਤਰਾਣੇ ਦੇ ਪੈਸੇ ਖਾ ਵੇ ਸੋ ਖੁਦਾ ਦੀ ਲਾਠੀ ਬੜੀ ਬੇਵਾਦ ਹੈ ਨਬੀ ਮੁਹੰਮਦ ਸੱਲਮ ਨੇ 1400 ਸਾਲ ਪਹਿਲੇ ਤੋ ਕੋ ਸਮਝਾਇਆ ਤਾ ਹੈ ਹਮਸਾਇਆ ਦੇ ਹਕੂਕ ਵਸੇਬ ਦੇ ਹਕੂਕ ਯਾਰਾਂ ਦੋਸਤਾਂ ਦੇ ਹਕੂਕ ਲੇਕਿਨ ਤੋ ਕੋ ਅਕਲ ਹੀ ਕਹਿਨੀ ਤੁਸਾਂ ਉਂ ਪਾਸੇ ਪੜੇ ਹੋਏ ਅਮਲ ਨਹੀਂ ਵੇ ਕੀਤਾ ਸ਼ਹਿਜ਼ਾਦ حکیم ਅਗਰਜ ਪਬਲਿਕ ਹੀਰੋ ਹੈ ਇਨ੍ਹਾਂ ਦੋਸਤਾਂ ਦੀ ਵਜ੍ਹਾ ਕੋ ਲੋਏ ਇਨ੍ਹਾਂ ਦੀ ਵੀ ਮਿਹਰਬਾਨੀ ਹੈ ਮੈਂ ਕੋਈ ਕਾਬਲ ਸਮਝਦਨ ਸਿੱਧੇ ਮੇਰੇ ਕੋਲ ਆ ਵੈਨ ਮੈਂ ਕਸਮ ਖਾਦੀ ਹੋਈ ਏ ਕਿ ਮੈਂ ਡੇਲੀ ਪੰਜਾਹ ਬੰਦੇ 100 ਬੰਦੇ ਦੀ ਹੈਲਪ ਕਰੇ ਸਾਂ ਥੋਕ ਵਜਾ ਕੇ ਕਰੇ ਸਾਂ ਅੱਜ ਹੀ ਗੁਰਕਸ਼ਾ ਗੇਨ ਕੇ ਦੇਸੂ ਵੈਸੇ ਸ਼ਾਮ ਤੱਕ ਮੈਂ ਕਲੀਨਿਕ ਦੇ ਬੈਠਾ ਅਗਰ ਇਹ ਕੋਈ ਮਾਇਦਾ ਲਾਲ ਮੇਰਾ ਕੋਈ ਯਾਰ ਮੇਰਾ ਕੋ ਮੁਖਾਲਿਫ ਵੱਡਾ ਦਲੇਰ ਆ ਬੰਜੇ 60000 ਰੁਪਏ ਹੈ ਬਸ 60000 ਨਹੀਂ ਕਿਵੇਂ 60000 ਹੈ

ਅਸਾਂ ਜਾਣਦੇ ਪਏ ਤੁਹਾਡੇ ਕੋਲ ਪੈਸੇ ਦੇਸੂ ਤੋਂ ਅਕ ਇਨਸ਼ਾ ਅੱਲਾ ਸਾਰੇ ਰੱਖਸ਼ਾ ਅਮਾਨਤ ਹੈ ਤੁਹਾਡੇ ਕੋਲ ਘਿੰਨੜਾ ਸੁ ਜਨਾਬ ਕੋਲ ਤੁਹਾਡਾ ਕਾਰੋਬਾਰ ਹੈ ਤੁਹਾਡਾ ਬਿਜ਼ਨਸ ਹੈ ਤੁਸੀਂ ਸਾਪੜੇ ਜ ਸੱਚੇ ਦੇ ਮਗਰ ਇਹ ਸੱਜਣ ਮੇਰੇ ਕੋਲ ਲੰਘ ਆਏ ਭਰਪੂਰੀ ਮਦਦ ਕਰੇ ਸੋ ਇਨਸ਼ਾ ਅੱਲਾ ਬੈਸਟ ਆਫ ਲੱਕ ਜੀ ਸ਼ਾਮ ਤੱਕ ਮੈਂ ਆਪਣੇ ਮੁਖਾਲਫਾਂ ਦਾ ਇੰਤਜ਼ਾਰ ਕਰੇ ਸਾਂ ਮਾ ਜਾਏ ਅਗਰ ਜੁਰਤ ਹੈ ਨਾ ਆਓ ਪਈਓ ਰੱਖਸ਼ਾ ਦੇ ਬੰਦੇ ਕੋਲ ਕਹਿਣ ਦਿਓ